ਜੈ ਭੀਮ ਜੀ ਜੈ ਭਾਰਤ ਮੈਂ ਬੁੱਟਾ ਸਿੰਘ ਸੰਗਵਾਲ ਬੋਜਨ ਸਮਾਜ ਪਾਰਟੀ ਲੁਧਿਆਣਾ ਵਿਧਾਇਤੀ ਦੇ ਪ੍ਰਧਾਨ ਦੋ ਤੰਦਰ ਹੋ ਗਏ ਜੋ ਲੁਧਿਆਣਾ ਤੋਂ ਐਮਪੀ ਰਵਨੀਤ ਬਿੱਟੂ ਨੇ ਇੱਕ ਬਹੁਤ ਕਨਾਉਣਾ ਬਿਆਨ ਦਿੱਤਾ ਜਿਸ ਦੇ ਵਿੱਚ ਆਖਿਆ ਆਨੰਦਪੁਰ ਸਾਹਿਬ ਅਤੇ ਚਮਕੌਰ ਸਾਹਿਬ ਦੀਆਂ ਸੀਟਾਂ ਦਾ ਜ਼ਿਕਰ ਕੀਤਾ ਵੀ ਇਹ ਪਵਿੱਤਰ ਨੇ ਔਰ ਇਸ ਗਠਵੰਧਨ ਦੇ ਤਹਿਤ ਇਹ ਸੀਟਾਂ ਬੀਐਸਪੀ ਨੂੰ ਮਿਲ ਗਈਆਂ ਉਹਨਾਂ ਨੇ ਆਖਿਆ ਕਿ ਬੀਐਸਪੀ ਨੂੰ ਕਿਉਂ ਦੇ ਦਿੱਤੀਆਂ ਇਹ ਅਪਵਿੱਤਰ ਕਰ ਦੇਣਗੇ ਲੇਕਿਨ ਮੈਂ ਬਿੱਟੂ ਨੂੰ ਇਹ ਦੱਸਣੀ ਚਾਹਣਾ ਵੀ ਤੂੰ ਅੱਜ ਤੱਕ ਆਪਣੀ ਜ਼ਿੰਦਗੀ ਦੇ ਵਿੱਚ ਕਦੇ ਇਤਿਹਾਸ ਪੜ੍ਹਿਆ ਨਹੀਂ ਹੋਣਾ ਤਾਂ ਇਹ ਕਦੇ ਪਾਠ ਸੁਣਿਆ ਨਹੀਂ ਹੋਣਾ ਤਾਂ ਇਹ ਕਦੇ ਪਾਠ ਕੀਤਾ ਨਹੀਂ ਹੋਣਾ ਕਿਉਂਕਿ ਜਿਹੜੇ ਅਨੰਦਪੁਰ ਸਾਹਿਬ ਦੀ ਗੱਲ ਕਰਦਾ ਇਸ ਅਨੰਦਪੁਰ ਸਾਹਿਬ ਦੀ ਧਰਤੀ ਦੇ ਉੱਤੇ 1699 ਈਸਵੀ ਨੂੰ ਸਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਪੰਥ ਖਾਲਸਾ ਸੱਜ ਕੇ ਜਾਤ ਪਾਤ ਨੂੰ ਖਤਮ ਕੀਤਾ ਇੱਕ ਖੰਡੇ ਵਾਟੇ ਦਾ ਅੰਮ੍ਰਿਤ ਸਭ ਨੂੰ ਸਕਾਇਆ ਚਾਹੇ ਉਹ ਅਸੂਤ ਸੀ ਚਾਹੇ ਉਹ ਜਰਨਲ ਕੈਟਾਗਰੀ ਦਾ ਸੀ ਲੇਕਿਨ ਜੇ ਤੂੰ ਚਮਕੌਰ ਸਾਹਿਬ ਦੀ ਗੱਲ ਕਰਦਾ ਉਥੇ ਜਦੋਂ ਚਮਕੌਰ ਸਾਹਿਬ ਦੀ ਜੰਗ ਹੋਈ ਆ ਉਸ ਵਕਤ ਭਾਈ ਸਾਹਿਬ ਭਾਈ ਬਾਬਾ ਸੰਗਤ ਸਿੰਘ ਜੀ ਨੂੰ ਕਲਗੀ ਤੋੜਾ ਦੇ ਕੇ ਗੁਰੂ ਗੋਬਿੰਦ ਸਿੰਘ ਜੀ ਨੇ ਆਪਣਾ ਰੂਪ ਬਣਾ ਕੇ ਉਹਨਾਂ ਨੂੰ ਆਪ ਦੇ ਸਾਥੀ ਨਾਲ ਲਾ ਕੇ ਉਸ ਦੀ ਕਮਾਂਡ ਸਾਰੀ ਉਸ ਵਕਤ ਉਹਨਾਂ ਨੇ ਉਹਨਾਂ ਨੂੰ ਸੌਂਪੀ ਲੇਕਿਨ ਮੈਂ ਬਿੱਟੂ ਨੂੰ ਦੱਸਣਾ ਚਾਹਣਾ ਅਗਰ 2-400 ਸਾਲ ਪਹਿਲਾਂ ਦੀ ਗੱਲ ਕਰੀਏ ਤਾ ਪੰਜਵੇਂ ਪਾਸਾ ਸਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਜਿਨ੍ਹਾਂ ਨੇ ਗੁਰੂ ਗ੍ਰੰਥ ਸਾਹਿਬ ਦੀ ਸਥਾਪਨਾ ਕੀਤੀ ਔਰ ਗੁਰੂ ਗ੍ਰੰਥ ਸਾਹਿਬ ਦੀ ਲਿਖਤ ਕੀਤੀ ਉਸ ਵਖਤ ਉਸ ਗੁਰੂ ਗ੍ਰੰਥ ਸਾਹਿਬ ਨੂੰ ਵੀ ਤੂੰ ਅਪਵਿੱਤਰ ਦੱਸੇਗਾ ਕਿਉਂਕਿ ਤੇਰੀ ਜਿਹੜੀ ਦਿਮਾਗ ਕੀ ਹਾਲਤ ਆ ਇਹ ਖਰਾਬ ਹੋ ਚੁੱਕੀ ਆ ਕਿਉਂਕਿ ਉਸ ਦੇ ਅੰਦਰ ਨਾਮਦੇਵ ਜੀ ਕਬੀਰ ਜੀ ਤਰਲੋਚਨ ਸਦਨਾ ਸੈਨ ਰਬਦਾਸ ਜੀ ਸਾਰੇ ਸਜੋਬਤ ਹਨ ਲੇਕਿਨ ਫੇਰ ਤੂੰ ਕਮੇਗਾ ਗੁਰੂ ਗ੍ਰੰਥ ਸਾਹਿਬ ਦੇ ਅੰਦਰ ਰਬਦਾਸ ਜੀ ਨੇ ਇਹ ਵੀ ਅਪਵਿੱਤਰ ਆ ਲੇਕਿਨ ਮੈਂ ਇਹ ਦੱਸਣੀ ਚਾਹਣਾ ਤੈਨੂੰ ਬਿੱਟੂ ਜੀ ਜਦੋਂ ਦਰਬਾਰ ਸਾਹਿਬ ਤੇ ਹਮਲਾ ਹੋਇਆ ਉਹ ਕਿਹੜੀ ਕੌਮ ਨੇ ਕੀਤਾ ਉਸ ਵਕਤ ਰਣਜੀਵ ਗਾਂਧੀ ਨੇ ਆਖਿਆ ਸੀ ਕਿ ਜਦੋਂ ਕੋਈ ਪੇੜ ਡਿੱਗਦਾ ਤਾਂ ਧਰਤੀ ਹਿੱਲਦੀ ਆ ਮੈਂ ਤੁਹਾਨੂੰ ਪੁੱਛਣੀ ਚਾਹਣਾ ਜਦੋਂ ਉਸ ਜਿਹਨੂੰ ਤੁਸੀਂ ਮਹਾਤਮਾ ਗਾਂਧੀ ਕਹਿੰਦੇ ਹੋ ਉਸ ਗਰਦਾਰ ਗਾਂਧੀ ਨੂੰ ਮਾਰਿਆ ਨੱਥੂਰਾਮ ਗੌੜਸੇ ਨੇ ਉਸ ਵਕਤ ਕਿਉਂ ਨਹੀਂ بڑا ਪੇੜ ਡਿੱਗਿਆ ਉਸ ਵਾਸਤੇ ਵੀ ਡਿੱਗਿਆ ਸੀ ਜਦੋਂ ਕਿਉਂ ਨਹੀਂ ਗੌੜ ਬ੍ਰਾਹਮਣ ਮਾਰੇ ਲੇਕਿਨ ਇਸ ਕਰਕੇ ਜਿਹੜਾ ਬਿਆਨ ਦੇਣ ਹੁੰਦਾ ਇਸ ਨੂੰ ਸੋਚ ਸਮਝ ਕੇ ਦਿਆ ਕਰੋ 83 ਦੇ ਅੰਦਰ ਇਹੀ ਕਾਂਗਰਸ ਨੇ ਆਪਣੇ ਸਿੱਖਾਂ ਸਰਦਾਰਾਂ ਨੂੰ ਉੱਥੇ ਇਹ ਨਹੀਂ ਦੇਖਿਆ ਗਿਆ ਕਿ ਕਾਂਗਰਸੀਆ ਹੈ ਜਾਂ ਅਕਾਲੀ ਹੈ ਜਾਂ ਇਹ ਬਹੁਜਨ ਸਮਾਜ ਪਾਰਟੀ ਦਾ ਉੱਥੇ ਸਿਰਫ ਸਰਦਾਰ ਦੇਖਿਆ ਗਿਆ ਸਰਦਾਰ ਦੇ ਗਲ ਦੇ ਵਿੱਚ ਟਾਇਰ ਪਾਏ ਗਏ ਨੇ ਪੱਗਾਂ ਦੇਖ ਕੇ ਲੇਕਿਨ ਤੁਸੀਂ ਉਹਨਾਂ ਸਰਕਾਰਾਂ ਦੇ ਵਿੱਚ ਬੈਠੇ ਹੋ ਮਨੁਵਾਦੀ ਸਰਕਾਰਾਂ ਦੇ ਵਿੱਚ ਇਸ ਕਰਕੇ ਤੁਹਾਡੀ ਸੋਚ ਆ ਜਿਹੜੀ ਉਹ ਵੀ ਮਨੁਵਾਦੀ ਹੋ ਚੁੱਕੀ ਆ ਦੇਸ਼ ਪ੍ਰਤੀ ਘਟਿਆ ਹੋ ਚੁੱਕੀ ਆ ਇਸ ਕਰਕੇ ਮੈਂ ਬਿੱਟੂ ਨੂੰ ਦੱਸਣਾ ਚਾਹੁੰਨਾ ਜੋ ਤੂੰ ਬਿਆਨ ਦਿੱਤੇ ਆ ਇਸ ਦੀ ਜਾਂ ਮਾਫੀ ਮੰਗਣੀ ਪਊਗੀ ਔਰ ਜੋ ਅੱਜ ਬਹੁਜਨ ਸਮਾਜ ਪਾਰਟੀ ਦੇ ਹਿਰਦੇ ਤੂੰ ਬਲੂੰਦਰੇ ਨੇ ਉਹਨਾਂ ਨੇ ਇੱਕ ਮੋਰੰਡਮ ਦਿੱਤਾ ਜਿਸ ਦੇ ਅੰਦਰ ਆਖਿਆ ਗਿਆ ਕਿ ਤੁਹਾਡੇ ਉੱਤੇ ਪਰਚਾ ਦਰਜ ਹੋਣਾ ਚਾਹੀਦਾ ਉਹ ਜ਼ਰੂਰ ਹੋਣਾ ਚਾਹੀਦਾ ਅਸੀਂ ਵੀ ਇਹੀ ਮੰਗ ਕਰਦੇ ਆ ਬਾਕੀ ਅਸੀਂ ਅਪੀਲ ਕਰਦੇ ਆ ਪੂਰੇ ਦੇਸ਼ ਵਾਸੀਆਂ ਨੂੰ ਇਸ ਪੰਜਾਬ ਦੇ ਵਾਸੀਆਂ ਨੂੰ ਕਿ ਆਉਣ ਵਾਲੇ 2022 ਦੇ ਵਿੱਚ ਇੱਕ ਇੱਕ ਵੋਟ ਪਾ ਕੇ ਬਹੁਜਨ ਸਮਾਜ ਪਾਰਟੀ ਦੀ ਔਰ ਕਾਲੀ ਦਲ ਦੀ ਗਠਵੰਧਨ ਦੀ ਸਰਕਾਰ ਬਣਾ ਕੇ ਇਹਨਾਂ ਇੱਥੇ ਕਾਂਗਰਸ ਨੂੰ ਮਨੁਵਾਦੀ ਸਰਕਾਰਾਂ ਨੂੰ ਚੱਲਦਾ ਕਰੀਏ ਤਾਂ ਜੋ ਇੱਥੇ ਗੁਰੂ ਗ੍ਰੰਥ ਸਾਹਿਬ ਦੀ ਸੋਚ ਵਾਲਾ ਰਾਜ ਹੋ ਸਕੇ ਕਿਉਂਕਿ ਸਾਬ श्री ਕੰਸੀ ਰਾਮ ਜੀ ਦੀ ਇਹ ਸੋਚ ਸੀ ਕਿ ਉਹਨਾਂ ਦਾ ਚੋਣ ਮੈਨੀਫੈਸਟੋ ਹੀ ਵੀ ਗੁਰੂ ਗ੍ਰੰਥ ਸਾਹਿਬ ਇਸ ਕਰਕੇ ਮੈਂ ਇੱਥੋਂ ਰਜਾ ਲੈਣਾ ਕਿਉਂਕਿ ਜੋ ਉਹਦੇ ਇਹ ਘਟਿਆ ਬਿਆਨ ਦਿੱਤੇ ਨੇ ਇਹ ਬਹੁਤ ਹਿਰਦੇ ਬਲੂੰਦਰ ਕੇ ਰੱਖ ਦਿੱਤੇ ਇਸ ਕਰਕੇ ਉਹਨਾਂ ਦੇ ਪਰਚਾ ਹੋਣਾ ਚਾਹੀਦਾ ਮੈਂ ਇੰਨਾ ਕਹਿੰਦਾ ਰਜਾ ਲੈਣਾ ਜੈ ਭੀਮ ਜੈ ਭਾਰਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ